ਗੁਰੂ ਰਵਿਦਾਸ ਜੀ ਦਾ ਮੰਦਿਰ ਟਹਾਵੇਂ ਹੁਣ ਆਪਣੀ ਮਨਾਲੀ ਤੂੰ ਖੈ ਓਏ ਮੋਦੀਆ ਆਪਣੀ ਮਨਾਲੀ ਹੁਣ ਖੈ। ਏਵਨ ਪੰਜਾਬੀ ਨਿਡਰ ਨਿਰਪੱਖ ਨਵੀਂ ਸੋਚ ਮੈਂ ਤੁਹਾਡਾ ਦੋਸਤ ਸੋਮ ਸਹੋਤਾ ਤੋਂ ਲੈ ਕੇ ਹਾਜ਼ਰ ਹੈ ਖਰੀਆਂ 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 ਦੇ ਵਿੱਚ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵੀ ਜਿਸ ਵੀ ਕਿਸੇ ਨੇ ਵੀ ਇਤਿਹਾਸ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਜਾਂ ਇਤਿਹਾਸਿਕ ਸਥਾਨਾਂ ਦੇ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ ਹੈ ਤਾਂ ਉਸ ਦਾ ਜਿਹੜਾ ਨਤੀਜਾ ਹੈ ਬਹੁਤ ਬੁਰਾ ਨਿਕਲਦਾ ਹੈ। ਜੇ 1984 ਦੀ ਗੱਲ ਕਰੀਏ ਤਾਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਉੱਪਰ ਹਮਲਾ ਕੀਤਾ ਗਿਆ ਔਰ ਉਸ ਵੇਲੇ ਦੀ ਸਰਕਾਰ ਦਾ ਕੀ ਹਸ਼ਰ ਹੋਇਆ ਇਹ ਤੁਸੀਂ ਮੇਰੇ ਤੋਂ ਵੱਧ ਜਾਣਦੇ ਹੋ। ਹੁਣ ਜਦੋਂ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 600 ਸਾਲ ਪੁਰਾਣਾ ਮੰਦਿਰ ਤੁਕਲਾਬਾਦ ਦੇ ਵਿੱਚ ਜਿਸ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਔਰ ਲੋਕਾਂ ਦੇ ਵਿੱਚ ਖਾਸ ਕਰਕੇ ਰਵਿਦਾਸੀਆ ਭਾਈਚਾਰਾ ਔਰ ਸਿੱਖ ਜਥੇਬੰਦੀਆਂ ਦੇ ਵਿੱਚ ਭਾਰੀ ਰੋਸ ਹੈ ਕਿ ਇਹ ਮੰਦਿਰ ਉਸੇ ਜਗ੍ਹਾ ਹੀ ਬਣਨਾ ਚਾਹੀਦਾ ਜਿਸ ਜਗ੍ਹਾ ਪਹਿਲਾਂ ਇਹ ਬਣਿਆ ਹੋਇਆ ਸੀ ਔਰ ਉਸੇ ਹਾਲਤ ਵਿੱਚ ਸਾਨੂੰ ਮੰਦਿਰ ਇਹ ਚਾਹੀਦਾ ਹੈ। ਔਰ ਜੇ ਗੱਲ ਕਰੀਏ ਇਸ ਪੂਰੇ ਘਟਨਾਕ੍ਰਮ ਨੂੰ ਇਤਿਹਾਸਕਾਰਾਂ ਨੇ ਗੀਤਕਾਰਾਂ ਨੇ ਜਿਹੜੇ ਸਾਹਿਤਕਾਰ ਨੇ ਉਹਨਾਂ ਨੇ ਆਪਣੀ ਕਲਮ ਦੇ ਨਾਲ ਜੋ ਕੁਛ ਲਿਖਿਆ ਉਹ ਵੀ ਅੱਜ ਕੱਲ੍ਹ ਬਹੁਤ ਜ਼ਿਆਦਾ ਵਾਇਰਲ ਹੋ ਰਿਹਾ। ਸੋਸ਼ਲ ਮੀਡੀਆ 'ਤੇ ਗੱਲ ਕਰੀਏ ਤਾਂ ਸੋਸ਼ਲ ਮੀਡੀਆ ਦੇ ਉੱਪਰ ਇੱਕ ਗੀਤ ਵਾਇਰਲ ਹੋ ਰਿਹਾ ਜੋ ਸਿੱਧੇ ਦਾ ਸਿੱਧਾ ਮੋਦੀ ਸਰਕਾਰ ਦੇ ਲਈ ਰਿਪ੍ਰਜੈਂਟ ਕੀਤਾ ਗਿਆ ਉਸ ਨੂੰ ਮਤਲਬ ਉਸੇ ਲਈ ਹੀ ਗਾਇਆ ਗਿਆ ਹੈ। ਕੀ ਕਿਹਾ ਉਸ ਗੀਤ ਵਿੱਚ ਉਸ ਵੀਰ ਨੇ ਆਓ ਸੁਣਦੇ ਹਾਂ। ਅੱਜ ਲੀਡਰ ਮੇਰੀ ਕੌਮ ਦੇ ਹੋਏ ਦਿੱਲੀ ਦੇ ਦਲਾਲ ਕਿਸ ਅੱਗੇ ਦੁਖੜਾ ਫੋਲੀਏ ਮੇਰੀ ਕੌਮ ਦਾ ਮੰਦਾ ਹਾਲ ਮੇਰੀ ਕੌਮ ਦਾ ਮੰਦਾ ਮੋਦੀਆ ਓਏ ਪਾਪੀਆ ਤੂੰ ਸਿੱਧਾ ਮੱਥਾ ਲਾ ਲਾ ਕੇ ਜੇ ਕੋਈ ਤੇਰਾ ਸਾਡੇ ਨਾਲ ਵੈ ਮੋਦੀਆ ਓਏ ਪਾਪੀਆ ਤੂੰ ਸਿੱਧਾ ਮੱਥਾ ਲਾ ਲਾ ਕੇ ਜੇ ਕੋਈ ਤੇਰਾ ਸਾਡੇ ਨਾਲ ਵੈ ਮੋਦੀਆ ਜੇ ਕੋਈ ਤੇਰਾ ਸਾਡੇ ਨਾਲ ਵੈ ਗੁਰੂ ਰਵਿਦਾਸ ਜੀ ਦਾ ਮੰਦਿਰ ਟਹਾਵੇਂ ਹੁਣ ਆਪਣੀ ਮਨਾਲੀ ਤੂੰ ਖੈ ਓਏ ਮੋਦੀਆ ਆਪਣੀ ਮਨਾਲੀ ਹੁਣ ਖੈ ਮੋਦੀਆ ਓਏ ਪਾਪੀਆ ਤੂੰ ਸਿੱਧਾ ਮੱਥਾ ਲਾ ਲਾ ਜਾਂ ਕਿ ਜੇ ਕੋਈ ਤੇਰਾ ਸਾਡੇ ਨਾਲ ਵੈ ਓ ਮੋਦੀਆ ਜੇ ਕੋਈ ਤੇਰਾ ਸਾਡੇ ਨਾਲ ਵੈ ਪਹਿਲਾਂ ਸੀ 84 ਵਿੱਚ ਸਿੱਖ ਵੀਰ ਸਾੜੇ ਪਾਏ ਅੱਗ ਲਾ ਕੇ ਗਲਾਂ ਵਿੱਚ ਟੈ ਪਹਿਲਾਂ ਸੀ 84 ਵਿੱਚ ਸਿੱਖ ਵੀਰ ਸਾੜੇ ਪਾਏ ਅੱਗ ਲਾ ਕੇ ਗਲਾਂ ਵਿੱਚ ਟੈ ਸਮਝੀ ਨਾ ਮਾੜੇ ਸਾਡਾ ਵੇਖ ਇਤਿਹਾਸ ਕਿੱਥੇ ਠੋਕਿਆ ਸੀ ਜਾ ਕੇ ਅਡਵੈ ਦਿੱਲੀਏ ਠੋਕਿਆ ਸੀ ਜਾ ਕੇ ਅਡਵੈ ਦਿੱਲੀਏ ਨੀ ਪਾਪਣੇ ਨੀ ਸਿੱਧਾ ਮੱਥਾ ਲਾ ਲਾਇਆ ਕਿ ਜੇ ਕੋਈ ਤੇਰਾ ਸਾਡੇ ਨਾਲ ਵੈ ਨੀ ਦਿੱਲੀਏ ਜੇ ਕੋਈ ਤੇਰਾ ਸਾਡੇ ਨਾਲ ਵੈ ਕਸ਼ਮੀਰ ਦੀਆਂ ਧੀਆਂ ਨੂੰ ਜੋ ਬੋਲਦੇ ਨੇ ਮੰਦਾ ਤੇਰੇ ਲੀਡਰਾਂ ਦੀ ਕੱਢ ਦੇਣੀ ਜੈ ਓਏ ਮੋਦੀਆ ਲੀਡਰਾਂ ਦੀ ਕੱਢ ਦੇਣੀ ਜੈ ਆਪਣੀ ਹੀ ਇੱਜ਼ਤ ਬਚਾਉਣਾ ਹੋਈ ਤੈਥੋਂ ਜਦੋਂ ਚੜ ਚੜ ਆਏ ਸੀਗੇ ਗੈ ਓਏ ਮੋਦੀਆ ਚੜ ਚੜ ਆਏ ਸੀਗੇ ਗੈ
ਮੋਦੀਆ ਓਏ ਪਾਪੀਆ ਤੂੰ ਸਿੱਧਾ ਮੱਥਾ ਲਾ ਲਾਇਆ ਕਿ ਜੇ ਕੋਈ ਤੇਰਾ ਸਾਡੇ ਨਾਲ ਵੈਰ, ਓਏ ਮੋਦੀਆ ਜੇ ਕੋਈ ਤੇਰਾ ਸਾਡੇ ਨਾਲ ਵੈਰ। ਕਰਕੇ ਮਸ਼ੀਨਾਂ ਵਿੱਚ ਹੇਰਾ ਫੇਰੀ ਜਿੱਤ ਗਿਆ ਬਾਈ ਤੱਕ ਵੈਰੀਆ ਤੂੰ ਠਹਿਰ, ਓਏ ਮੋਦੀਆ ਬਾਈ ਤੱਕ ਵੈਰੀਆ ਤੂੰ ਠਹਿਰ। ਸਵਾ ਮਨ ਲਾ ਕੇ ਉਹ ਜਨੇਊ ਰੋਟੀ ਖਾਂਦਾ ਸੀਗਾ, ਸਵਾ ਮਨ ਲਾ ਕੇ ਉਹ ਜਨੇਊ ਰੋਟੀ ਖਾਂਦਾ ਸੀਗਾ, ਉਦੋਂ ਕਿੱਥੇ ਸੁਪੇ ਤੇਰੇ ਕੈਰ, ਓਏ ਮੋਦੀਆ ਉਦੋਂ ਕਿੱਥੇ ਸੀਗੇ ਤੇਰੇ ਕੈਰ। ਮੋਦੀਆ ਓਏ ਬੋਧੀਆਂ ਬਚਾਈਆਂ ਨੌਵੇਂ ਪਾਤਸ਼ਾਹ ਨੇ, ਮੋਦੀਆ ਓਏ ਬੋਧੀਆਂ ਬਚਾਈਆਂ ਨੌਵੇਂ ਪਾਤਸ਼ਾਹ ਨੇ, ਫੜ ਸੀ ਗੁਰਾਂ ਦੇ ਜਦੋਂ ਪੈਰ, ਓਏ ਮੋਦੀਆ ਫੜ ਸੀ ਗੁਰਾਂ ਦੇ ਆ ਕੇ ਪੈਰ। SDA ਨਾਮ ਮੇਰਾ ਕਹਿੰਦੇ ਪਿੰਡ ਵਾਲੇ, ਸੇਰਾ ਨੇੜੇ ਪੈਂਦਾ ਸੰਗਰੂਰ ਸ਼ਹਿਰ, ਓਏ ਮੋਦੀਆ ਨੇੜੇ ਪੈਂਦਾ ਸੰਗਰੂਰ ਸ਼ਹਿਰ। ਓਏ ਯਾਦ ਰੱਖੀ ਨੇੜੇ ਪੈਂਦਾ ਸੰਗਰੂਰ ਸ਼ਹਿਰ, ਨੀ ਦਿੱਲੀਏ ਨੇੜੇ ਪੈਂਦਾ ਸੰਗਰੂਰ ਸ਼ਹਿਰ। ਬਿਲਕੁਲ ਜੀ ਬਿਲਕੁਲ, ਔਰ ਮੌਕੇ ਦੀਆਂ ਸਰਕਾਰਾਂ ਕਿਸੇ ਵੀ ਪਾਰਟੀ ਦੀਆਂ ਹੋਣ, ਔਰ ਉਹਨਾਂ ਨੂੰ ਇਤਿਹਾਸ ਦੇ ਨਾਲ, ਖਾਸ ਕਰਕੇ ਧਾਰਮਿਕ ਸਥਾਨਾਂ ਦੇ ਨਾਲ ਕੋਈ ਛੇੜਛਾੜ ਨਹੀਂ ਕਰਨੀ ਚਾਹੀਦੀ, ਕਿਉਂਕਿ ਕਰੋੜਾਂ ਦੀ ਤਾਦਾਦ ਦੇ ਵਿੱਚ ਇਹਨਾਂ ਧਾਰਮਿਕ ਸਥਾਨਾਂ ਦੇ ਨਾਲ ਜਿਹੜੀਆਂ ਲੋਕਾਂ ਦੀਆਂ ਭਾਵਨਾਵਾਂ ਹੁੰਦੀਆਂ ਨੇ ਉਹ ਜੁੜੀਆਂ ਹੁੰਦੀਆਂ ਨੇ। ਹੁਣ ਮੋਦੀ ਸਰਕਾਰ ਦੇ ਰਾਜ ਦੇ ਵਿੱਚ ਤੁਗਲਾਬਾਦ ਦੇ ਵਿੱਚ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਮੰਦਰ ਗਿਰਾਇਆ ਗਿਆ, 600 ਸਾਲ ਪੁਰਾਣਾ, ਔਰ ਇਤਿਹਾਸ ਗਵਾਹ ਹੈ ਕਿ ਇਹ ਜਗ੍ਹਾ ਜਿਸ ਜਗ੍ਹਾ ਮੰਦਰ ਬਣਿਆ ਸੀ, ਸਿਕੰਦਰ ਲੋਧੀ ਨੇ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਨੂੰ ਇਹ ਜਗ੍ਹਾ ਦਿੱਤੀ ਸੀ, ਕਿਉਂਕਿ ਸਿਕੰਦਰ ਲੋਧੀ ਉਸ ਵੇਲੇ ਦੀ ਹਕੂਮਤ ਦਾ ਅੰਪਾਇਰ ਰਾਜਾ, ਉਸ ਵੇਲਾ ਸ਼੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਉਹ ਭਗਤ ਸੀ, ਇਸ ਕਰਕੇ ਉਹਨਾਂ ਨੇ ਤੋਹਫੇ ਵਜੋਂ ਆਪਣੇ ਗੁਰੂ ਨੂੰ ਇਹ ਜਗ੍ਹਾ ਦਿੱਤੀ ਸੀ। ਔਰ ਹੁਣ ਉਸ ਜਗ੍ਹਾ ਨੂੰ ਲੈ ਕੇ ਭੁੱਖ ਹੜਤਾਲਾਂ ਹੋ ਰਹੀਆਂ ਨੇ, ਜਲੂਸ ਜਲਸੇ ਨਿਕਲ ਰਹੇ ਨੇ, ਔਰ ਇੱਕੋ ਹੀ ਆਵਾਮ ਦੀ ਮੰਗ ਹੈ ਕਿ ਮੰਦਰ ਚਾਹੀਦਾ ਤਾਂ ਸਿਰਫ ਉਸ ਜਗ੍ਹਾ ਹੀ ਚਾਹੀਦਾ ਹੈ।